ਇਹ ਏਅਰਪੋਰਟ ਤੋਂ ਆ ਰਹੇ ਸੀਗੇ, ਇੱਕ ਇਹਨਾਂ ਦਾ ਸਟੂਡੈਂਟ ਪੜ੍ਹਦਾ ਸੀਗਾ ਗੁਲਜ਼ਾਰ ਇੰਸਟੀਚਿਊਟ ਖੰਨੇ, ਅਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ ਪੜ੍ਹਦੇ ਸੀਗੇ ਲੁਧਿਆਣੇ। ਇਹਨਾਂ 'ਚੋਂ ਜਿਹੜਾ ਕਾਰ ਡਰਾਈਵਰ ਸੀਗੇ ਉਹਨੇ ਟਰੱਕ ਦੇ ਪਿੱਛੇ ਕਾਰ ਮਾਰਤੀ, ਉਹਦੇ ਕਰਕੇ ਇਹਦੇ ਜਿਹੜਾ ਇੱਕ ਸਟੂਡੈਂਟ ਜਿਹੜਾ ਗੁਲਜ਼ਾਰ 'ਚ ਪੜ੍ਹਦਾ ਸੀਗਾ ਉਹਦੀ ਮੌਕੇ 'ਤੇ ਡੈਥ ਹੋ ਗਈ। ਅਤੇ ਜ਼ਖਮੀ ਕਿੰਨੇ ਹੋਏ ਨੇ? ਜ਼ਖਮੀ 2 ਹੋਏ। ਕਿੱਥੇ ਹੋਇਆ ਹਾਦਸਾ? ਇਹ ਹਾਦਸਾ ਰੰਧਾਵਾ ਹੈਗਾ ਪੈਟਰੋਲ ਪੰਪ ਨਵੀਪੁਰ ਦੇ ਲਾਗੇ, ਉੱਥੇ ਹੋਇਆ ਜੀ। ਓਕੇ, ਕੀ ਨਾਮ ਨੇ ਮ੍ਰਿਤਕ ਦੇ? ਇਹਦਾ ਹੈਗਾ ਜਿਹੜਾ ਮਰਿਆ ਹੈਗਾ ਇਹਦਾ ਹੈਗਾ ਕਾਰਟੂਨ ਨਾਮ ਹੈ ਇਹਦਾ। ਓਕੇ, ਕਿਹੜੀ ਜਗ੍ਹਾ 'ਤੇ? ਇਹ ਹੈਗੇ ਜੰਬਾਬੇ ਦੇ ਹੈਗੇ। ਓਕੇ, ਉਹ ਜਿਹੜੇ ਜ਼ਖਮੀ ਹੋਏ ਨੇ? ਜ਼ਖਮੀ ਉਹ ਹੈਗੇ ਆ, ਉਹ ਵੀ ਜੰਬਾਬੇ ਦੇ ਆ, ਉਹ ਫਸਟ ਟਾਈਮ ਆਏ ਆ ਇੱਧਰ। ਕੀ ਨਾਮ ਪਤਾ ਲੱਗਿਆ? ਉਹਨਾਂ ਦੇ ਨਾਂ ਹੈਗੇ ਆ, ਇਹ ਤਿੰਨ ਸਟੂਡੈਂਟ ਸੀਗੇ, ਉਹਦੇ 'ਚੋਂ ਇੱਕ ਹੈਗੀ ਆ ਫੀਮੇਲ ਚੈਮਿਊ, ਦੂਸਰੀ ਹੈਗਾ ਇੱਕ ਨਿਊਟਨ ਅਤੇ ਇੱਕ ਫਾਰਚੂਨ, ਇਹ ਤਿੰਨ ਸੀਗੇ। ਠੀਕ, ਜ਼ਖਮੀ 2 ਹੋਏ ਨੇ, ਇੱਕ ਦੀ ਡੈਥ ਹੋਈ ਹੈ? ਇੱਕ ਦੀ ਡੈਥ ਹੋਈ। ਠੀਕ, ਕਾਰਵਾਈ ਕਿਹਦੇ ਖਿਲਾਫ਼ ਮਾਮਲਾ ਦਰਜ ਹੋਇਆ? ਇਹ ਜਿਹੜਾ ਕਾਰ ਡਰਾਈਵਰ ਸੀਗਾ ਉਹਦੇ ਖਿਲਾਫ਼ ਹੋਇਆ। ਠੀਕ, ਕੀ ਨਾਮ ਕੀ ਉਹਦਾ? ਉਹਦਾ ਨਾਮ ਹੈਗਾ ਕਰਮਜੀਤ ਸਿੰਘ, ਸਨ ਆਫ ਚਮਕੌਰ ਸਿੰਘ, ਲੁਧਿਆਣੇ ਦਾ। ਠੀਕ, ਇਹ ਏਅਰਪੋਰਟ ਤੋਂ ਆ ਰਹੇ ਸੀਗੇ, ਇੱਕ ਇਹਨਾਂ ਦਾ ਸਟੂਡੈਂਟ ਪੜ੍ਹਦਾ ਸੀਗਾ ਗੁਲਜ਼ਾਰ ਇੰਸਟੀਚਿਊਟ ਖੰਨੇ, ਅਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ ਪੜ੍ਹਦੇ ਸੀਗੇ ਲੁਧਿਆਣੇ। ਇਹਨਾਂ 'ਚੋਂ ਜਿਹੜਾ ਕਾਰ ਡਰਾਈਵਰ ਸੀਗੇ ਉਹਨੇ ਟਰੱਕ ਦੇ ਪਿੱਛੇ ਕਾਰ ਮਾਰਤੀ, ਉਹਦੇ ਕਰਕੇ ਇਹਦੇ ਜਿਹੜਾ ਇੱਕ ਸਟੂਡੈਂਟ ਜਿਹੜਾ ਗੁਲਜ਼ਾਰ 'ਚ ਪੜ੍ਹਦਾ ਸੀਗਾ ਉਹਦੀ ਮੌਕੇ 'ਤੇ ਡੈਥ ਹੋ ਗਈ। ਅਤੇ ਜ਼ਖਮੀ ਕਿੰਨੇ ਹੋਏ ਨੇ? ਜ਼ਖਮੀ 2 ਹੋਏ। ਕਿੱਥੇ ਹੋਇਆ ਹਾਦਸਾ? ਇਹ ਹਾਦਸਾ ਰੰਧਾਵਾ ਹੈਗਾ ਪੈਟਰੋਲ ਪੰਪ ਨਵੀਪੁਰ ਦੇ ਲਾਗੇ, ਉੱਥੇ ਹੋਇਆ ਜੀ। ਓਕੇ, ਕੀ ਨਾਮ ਨੇ ਮ੍ਰਿਤਕ ਦੇ? ਇਹਦਾ ਹੈਗਾ ਜਿਹੜਾ ਮਰਿਆ ਹੈਗਾ ਮਰਿਆ ਇਹਦਾ ਹੈਗਾ ਕਾਰਟੂਨ ਨਾਮ ਹੈ ਇਹਦਾ। ਓਕੇ, ਕਿਹੜੀ ਜਗ੍ਹਾ 'ਤੇ? ਇਹ ਹੈਗੇ ਜੰਬਾਬੇ ਦੇ ਹੈਗੇ। ਓਕੇ, ਉਹ ਜਿਹੜੇ ਜ਼ਖਮੀ ਹੋਏ ਨੇ? ਜ਼ਖਮੀ ਉਹ ਹੈਗੇ ਆ, ਉਹ ਵੀ ਜੰਬਾਬੇ ਦੇ ਆ, ਉਹ ਫਸਟ ਟਾਈਮ ਆਏ ਆ ਇੱਧਰ। ਕੀ ਨਾਮ ਪਤਾ ਲੱਗਿਆ? ਉਹਨਾਂ ਦੇ ਨਾਂ ਹੈਗੇ ਆ, ਇਹ ਤਿੰਨ ਸਟੂਡੈਂਟ ਸੀਗੇ, ਉਹਦੇ 'ਚੋਂ ਇੱਕ ਹੈਗੀ ਆ ਫੀਮੇਲ ਚੈਮਿਊ, ਦੂਸਰੀ ਹੈਗਾ ਇੱਕ ਨਿਊਟਨ ਅਤੇ ਇੱਕ ਫਾਰਚੂਨ, ਇਹ ਤਿੰਨ ਸੀਗੇ। ਠੀਕ, ਜ਼ਖਮੀ 2 ਹੋਏ ਨੇ, ਇੱਕ ਦੀ ਡੈਥ ਹੋਈ ਹੈ? ਇੱਕ ਦੀ ਡੈਥ ਹੋਈ। ਠੀਕ, ਕਾਰਵਾਈ ਕਿਹਦੇ ਖਿਲਾਫ਼ ਮਾਮਲਾ ਦਰਜ ਹੋਇਆ? ਇਹ ਜਿਹੜਾ ਕਾਰ ਡਰਾਈਵਰ ਸੀਗਾ ਉਹਦੇ ਖਿਲਾਫ਼ ਹੋਇਆ। ਠੀਕ, ਕੀ ਨਾਮ ਕੀ ਉਹਦਾ? ਉਹਦਾ ਨਾਮ ਹੈਗਾ ਕਰਮਜੀਤ ਸਿੰਘ, ਸਨ ਆਫ ਚਮਕੌਰ ਸਿੰਘ, ਲੁਧਿਆਣੇ ਦਾ। ਠੀਕ, ਇਹ ਏਅਰਪੋਰਟ ਤੋਂ ਆ ਰਹੇ ਸੀਗੇ, ਇੱਕ ਇਹਨਾਂ ਦਾ ਸਟੂਡੈਂਟ ਪੜ੍ਹਦਾ ਸੀਗਾ ਗੁਲਜ਼ਾਰ ਇੰਸਟੀਚਿਊਟ ਖੰਨੇ, ਅਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ ਪੜ੍ਹਦੇ ਸੀਗੇ ਲੁਧਿਆਣੇ। ਇਹਨਾਂ 'ਚੋਂ ਜਿਹੜਾ ਕਾਰ ਡਰਾਈਵਰ ਸੀਗੇ ਉਹਨੇ ਟਰੱਕ ਦੇ ਪਿੱਛੇ ਕਾਰ ਮਾਰਤੀ, ਉਹਦੇ ਕਰਕੇ ਇਹਦੇ ਜਿਹੜਾ ਇੱਕ ਸਟੂਡੈਂਟ ਜਿਹੜਾ ਗੁਲਜ਼ਾਰ 'ਚ ਪੜ੍ਹਦਾ ਸੀਗਾ ਉਹਦੀ ਮੌਕੇ 'ਤੇ ਡੈਥ ਹੋ ਗਈ। ਅਤੇ ਜ਼ਖਮੀ ਕਿੰਨੇ ਹੋਏ ਨੇ? ਜ਼ਖਮੀ 2 ਹੋਏ। ਕਿੱਥੇ ਹੋਇਆ ਹਾਦਸਾ? ਇਹ ਹਾਦਸਾ ਰੰਧਾਵਾ ਹੈਗਾ ਪੈਟਰੋਲ ਪੰਪ ਨਵੀਪੁਰ ਦੇ ਲਾਗੇ, ਉੱਥੇ ਹੋਇਆ ਜੀ। ਓਕੇ, ਕੀ ਨਾਮ ਨੇ ਮ੍ਰਿਤਕ ਦੇ? ਇਹਦਾ ਹੈਗਾ ਜਿਹੜਾ ਮਰਿਆ ਹੈਗਾ ਮਰਿਆ ਇਹਦਾ ਹੈਗਾ ਕਾਰਟੂਨ ਨਾਮ ਹੈ ਇਹਦਾ। ਓਕੇ, ਕਿਹੜੀ ਜਗ੍ਹਾ 'ਤੇ? ਇਹ ਹੈਗੇ ਜੰਬਾਬੇ ਦੇ ਹੈਗੇ। ਓਕੇ, ਉਹ ਜਿਹੜੇ ਜ਼ਖਮੀ ਹੋਏ ਨੇ? ਜ਼ਖਮੀ ਉਹ ਹੈਗੇ ਆ, ਉਹ ਵੀ ਜੰਬਾਬੇ ਦੇ ਆ, ਉਹ ਫਸਟ ਟਾਈਮ ਆਏ ਆ ਇੱਧਰ। ਕੀ ਨਾਮ ਪਤਾ ਲੱਗਿਆ? ਉਹਨਾਂ ਦੇ ਨਾਂ ਹੈਗੇ ਆ, ਇਹ ਤਿੰਨ ਸਟੂਡੈਂਟ ਸੀਗੇ, ਉਹਦੇ 'ਚੋਂ ਇੱਕ ਹੈਗੀ ਆ ਫੀਮੇਲ ਚੈਮਿਊ, ਦੂਸਰੀ ਹੈਗਾ ਇੱਕ ਨਿਊਟਨ ਅਤੇ ਇੱਕ ਫਾਰਚੂਨ, ਇਹ ਤਿੰਨ ਸੀਗੇ।
ਠੀਕ, ਜ਼ਖਮੀ ਦੋ ਹੋਏ ਨੇ, ਇੱਕ ਦੀ ਡੈਥ ਹੋਈ ਹੈ, ਇੱਕ ਦੀ ਡੈਥ ਹੋਈ। ਠੀਕ, ਕਾਰਵਾਈ ਕਿਹਦੇ ਖਿਲਾਫ਼ ਮਾਮਲਾ ਦਰਜ ਹੋਇਆ? ਇਹ ਜਿਹੜਾ ਕਾਰ ਡਰਾਈਵਰ ਸੀਗਾ ਉਹਦੇ ਖਿਲਾਫ਼ ਹੋਇਆ। ਠੀਕ, ਕੀ ਨਾਮ ਕੀ ਉਹਦਾ? ਉਹਦਾ ਨਾਮ ਹੈਗਾ ਕਰਮਜੀਤ ਸਿੰਘ, ਸਨ ਆਫ ਚਮਕੌਰ ਸਿੰਘ, ਲੁਧਿਆਣੇ ਦਾ ਜੀ। ਠੀਕ,